ਕੋਲ ਜੇ ਪਾਣੀ ਲੈ ਗਿਆ ਕੀ ਗੱਲ ਅੱਜ ਬੜੇ ਗੁੱਸੇ ਚੋਂ ਕੀ ਕਿਹਾ ਵਕੀਲ ਨੇ ਮੈਂ ਤੂੰ ਕੀ ਕਹਿਣਾ ਵਕੀਲ ਨੂੰ ਆਪਣਾ ਕੰਮ ਕਰ ਘਰੇ ਮਗਰੋਂ ਬੜੀ ਸਵਾਲ ਪਹਿਲਾਂ ਕਰਨ ਲੱਗ ਪਈ ਬੜੀ ਭੈੜੀ ਬਿਮਾਰੀ ਹੈ ਜਨਾਨੀਆਂ ਨੂੰ ਅੱਗੇ ਸਵੇਰ ਦਾ ਕਚਹਿਰੀ ਖੱਪ ਗਿਆ ਫਿਰ ਮੈਂ ਕੀ ਕਰਾਂ ਆਪਣੀ ਕੀਤੀਆਂ ਦੀ ਭੁਗਤ ਦਿਓ ਮੈਂ ਕਿਹਾ ਸੀ ਵੀ ਕਤਲ ਕਰਕੇ ਕਚਹਿਰੀਆਂ ਚੱਕਰ ਕੱਟੋ ਮੈਂ ਤਾਂ ਬਥੇਰਾ ਸਮਝਾਇਆ ਸਮਝੇ ਹੋ ਤੁਸੀਂ ਬੜਾ ਸਮਝਾਇਆ ਆਈ ਵੱਡੀ ਮਤਾਂ ਦੇਣ ਵਾਲੀ ਬਹੁਤ ਸਮਝਾਉਣ ਜਾਣ ਨਹੀਂ ਤੂੰ ਮੈਨੂੰ ਪਾਪਾ ਜੀ ਆਪਾਂ ਬਲਬੀਰ ਉਹਨਾਂ ਦੇ ਦੁਸ਼ਮਣ ਹੋ ਗਏ ਹਾਂ ਸਕੂਲ ਆਉਂਦੇ ਆਉਂਦੇ ਕਹਿੰਦਾ ਸੀ ਤੂੰ ਨਾ ਬੁਲਾਇਆ ਕਰ ਸਾਨੂੰ ਨਾਲੇ ਅੱਜ ਉਹਨੇ ਮੇਰੀ ਬਾਲਿਸ਼ਾਈ ਵੀ ਨਹੀਂ ਖਾਧੀ ਚਲੋ ਬੈਠੇ ਤੁਸੀਂ ਅੰਦਰ ਚਲੋ ਚਲੋ ਪੁੱਤ ਚਲੋ ਅੰਦਰ ਚਲੋ ਸ਼ਾਬਾਸ਼ ਆ ਸੁਣ ਲਿਆ ਹੁਣ ਤੁਸੀਂ ਮੇਰੇ ਨਿਆਣੇ ਨੂੰ ਵੀ ਆਹ ਦਿਨ ਦੇਖਣੇ ਪੈ ਗਏ ਸਕੂਲ ਚ ਉਹਨਾਂ ਨਾਲ ਕੋਈ ਨਿਆਣਾ ਸਿੱਧੇ ਮੂੰਹ ਗੱਲ ਨਹੀਂ ਕਰਦਾ ਚੁੱਪ ਕਰ ਤੂੰ ਮੇਰਾ ਦਿਮਾਗ ਖਰਾਬ ਹੋ ਗਿਆ ਪਾਗਲ ਹੋ ਗਿਆ ਮੈਂ ਪਾਗਲ ਪਤਾ ਤੈਨੂੰ ਕੁਛ ਕੀ ਹੋਇਆ ਕੁਝ ਦੱਸੋਗੇ ਵੀ ਆਪਾਂ ਬਾਜ਼ੀ ਹਾਰ ਗਏ ਓਹੋ ਦੱਸੋ ਸਹੀ ਵੀ ਕੀ ਗੱਲ ਹੋ ਗਈ ਆਪਣੇ ਚੰਦ ਕੀ ਹੋ ਗਿਆ ਮੇਰੇ ਚੰਦ ਪੁੱਤ ਨੂੰ ਆਪਣੇ ਚੰਦ ਨੂੰ ਸਜ਼ਾ ਹੋ ਗਈ ਕੀ ਸਜ਼ਾ ਹੋ ਗਈ ਹਾਏ ਮੇਰੇ ਰੱਬਾ ਕੀ ਬਣੂਗਾ ਮੇਰੇ ਚੰਦ ਪੁੱਤ ਦਾ ਮੈਂ ਤਾਂ ਲਾਦ ਦੇ ਹੁੰਦਿਆਂ ਸੁਣਦਿਆਂ ਵੀ ਉਜੜ ਗਈ ਹੈ ਇਹ ਸਾਰਾ ਤੁਹਾਡੇ ਮਾੜੇ ਕੰਮਾਂ ਦੀ ਸਜ਼ਾ ਮਿਲੀ ਆ ਉਹਨੂੰ ਮੇਰਾ ਪੁੱਤ ਪਤਾ ਨਹੀਂ ਕਿਸ ਹਾਲ ਵਿੱਚ ਹੋਣੇ ਆਇਓ ਮੇਰੇ ਰੱਬਾ ਮੇਰੇ ਕਲੀ ਮੇਰੇ ਪੁੱਤ ਦੇ